ਅਲੀ ਮੰਗਟ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜੀ ਹਾਂ ਅਲੀ ਮੰਗਟ ਨੇ ਕਾਫੀ ਸਮਾਂ ਸਿੱਧੂ ਮੂਸੇਵਾਲੇ ਦੇ ਨਾਲ ਕੰਮ ਕੀਤਾ ਸੀ ਜਿਸ ਤੋਂ ਬਾਅਦ ਉਹ ਸਿੱਧੂ ਮੂਸੇਵਾਲੇ ਦੇ ਨਾਲ ਮੂਸੇ ਪਿੰਡ ਦੇ ਵਿੱਚ ਆ ਕੇ ਮੁਲਾਕਾਤ ਕਰਨ ਪਹੁੰਚਿਆ ਸੀ ਕਿਉਂਕਿ ਸਿੱਧੂ ਜਦੋਂ ਬਹਾਰ ਸੀ ਤਾਂ ਤੇ ਉਦੋਂ ਅਲੀ ਮੰਗਟ ਉਸਦੇ ਨਾਲ ਹੀ ਰਹਿੰਦਾ ਸੀ ਤੇ ਨਾਲ ਹੀ ਉਹ ਕੰਮ ਕਰਦੇ ਸਨ ਪਰ ਜਦੋਂ ਸਿੱਧੂ ਉਥੋਂ ਇੰਡੀਆ ਆ ਗਿਆ ਤਾਂ ਯਾਨੀ ਕਿ ਆਪਣੇ ਪਿੰਡ ਮੂਸੇ ਆ ਗਿਆ ਤਾਂ ਅਲੀ ਮੰਗਟ ਉਸ ਨੂੰ ਫਿਰ ਸਿੱਧੂ ਮੂਸੇਵਾਲੇ ਦੇ ਪਿੰਡ ਮੂਸੇ ਉਸ ਨੂੰ ਮਿਲਣ ਪਹੁੰਚਿਆ ਸੀ ਵੱਡੇ ਇਹ ਗੱਲ ਦੱਸੀ ਹੈ ਕਿ ਐਲੀ ਮੰਗਟ ਨੇ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਦਾ ਟੈਟੂ ਆਪਣੀ ਬਾਹ ਤੇ ਖਣਵਾਇਆ ਸੀ ਜਿਸ ਦੀ ਵੀਡੀਓ ਅੱਜ ਵੀ ਐਲੀ ਮੰਗਟ ਦੇ ਇੰਸਟਾਗ੍ਰam ਅਕਾਊਂਟ ਦੇ ਵਿੱਚ ਪਈ ਹੈ ਤੇ ਉੱਥੇ ਹੀ ਇੱਕ ਗੱਲ ਹੋਰ ਵੀ ਦੱਸਦੀ ਹੈ ਕਿ ਐਲੀ ਮੰਗਟ ਨੇ ਹੁਣ ਉਹ ਵੀਡੀਓ ਦੁਬਾਰਾ ਰੀਪੋਸਟ ਕੀਤੀ ਹੈ ਜਦੋਂ ਕਿ ਉਹਨੇ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਹੈ ਤੇ ਇਹ ਵੀ ਦੱਸਦੀ ਹੈ ਕਿ ਉਸ ਵੀਡੀਓ ਦੇ ਵਿੱਚ ਕਰਨ ਔਜਲਾ ਸਿੱਧੂ ਮੂਸੇਵਾਲਾ ਤੇ ਐਲੀ ਮੰਗਟ ਇਕੱਠੇ ਹੀ ਨਜ਼ਰ ਆਏ ਨੇ ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਕਰਨ ਓਜ਼ਲਾ ਮੂਸੇ ਵਾਲੇ ਨੂੰ ਜੱਫੀ ਪਾ ਕੇ ਮਿਲ ਰਿਹਾ ਹੈ ਤੇ ਉਸ ਦੀ ਵੀਡੀਓ ਦੇ ਉੱਤੇ ਗਾਣਾ ਵੀ ਸਿੱਧੂ ਮੂਸੇ ਵਾਲੇ ਦਾ ਲਗਾਇਆ ਹੋਇਆ ਹੈ। ਉੱਥੇ ਹੀ ਜੇਕਰ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ ਮੰਗੇਤਰ ਦੀ ਇੱਕ ਕੁੜੀ ਜਦੋਂ ਕਿਸੇ ਦੇ ਸੁਪਨੇ ਟੁੱਟਦੇ ਨੇ ਤਾਂ ਉਹ ਕੁਝ ਵੀ ਬੋਲਣ ਯੋਗ ਨਹੀਂ ਰਹਿੰਦੀ ਤੇ ਇਸ ਦੇ ਨਾਲ ਵੀ ਵਿਚਾਰੀ ਦੇ ਨਾਲ ਕੁਝ ਅਜੀਬਾ ਹੀ ਹੋਇਆ ਏ। ਜਿੱਥੇ ਕਿ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਇੱਕ ਉਹਨਾਂ ਦੇ ਮਾਪਿਆਂ ਨੂੰ ਬਹੁਤ ਵੱਡਾ ਸਦਮਾ ਲੱਗਿਆ ਤੇ ਉੱਥੇ ਉਸ ਦੀ ਮੰਗੇਤਰ ਨੂੰ ਵੀ ਕਾਫੀ ਵੱਡਾ ਜੋ ਸਦਮਾ ਇਹ ਲੱਗਿਆ ਏ। ਜੋ ਕਿ ਅੱਜ ਵੀ ਉਹ ਕੁਝ ਬੋਲਣ ਦੇ ਹਾਲਾਤ ਤੇ ਵਿੱਚ ਨਹੀਂ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਖੁਦ ਜੋ ਯੂਕੇ ਦੇ ਵਿੱਚ ਸਮਾਗਮ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਏ ਜਿੱਥੇ ਕਿ ਉਹਨਾਂ ਨੇ ਸਿੱਧੂ ਦੀ ਮੰਗੇਤਰ ਦੇ ਬਾਰੇ ਬੋਲਦੇ ਹੋਏ ਕਿਹਾ ਸੀ ਸਾਢੇ 3 ਸਾਲ ਦਾ ਸਮਾਂ ਹੋ ਚੁੱਕਿਆ ਸੀ ਸਿੱਧੂ ਜੀ ਅਗੇਂਜਮੈਂਟ ਨੂੰ ਤੇ ਉਸ ਕੁੜੀ ਦਾ ਸਿੱਧੂ ਦੇ ਨਾਲ ਮੰਗਣਾ ਹੋਏ ਨੂੰ ਪਰ ਪਰ ਵੱਡੀ ਗੱਲ ਇਹ ਹੈ ਕਿ ਸ਼ਾਇਦ ਉਹ ਵੀ ਉਹਨੇ ਹੀ ਸਦਮੇ ਦੇ ਵਿੱਚ ਹੈ ਜਿਨਾਂ ਕਿ 80 ਸਦਮਿਆਂ ਦੇ ਵਿੱਚ ਉਹ ਬੱਚੀ ਕੁਝ ਬੋਲਣ ਦੇ ਯੋਗ ਨਹੀਂ ਹੈ ਕਿਉਂਕਿ ਜਿੰਨਾ ਵੱਡਾ ਤੱਕਾ ਸਾਨੂੰ ਲੱਗਿਆ ਉਸ ਤੋਂ ਵੱਧ ਕਾ ਉਸ ਕੁੜੀ ਨੂੰ ਵੀ ਲੱਗਿਆ ਪਰ ਫਿਰ ਵੀ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਇਹ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਮੰਗੇਤਰ ਅੱਜ ਵੀ ਸਾਡੀ ਫਿਕਰ ਕਰਦੀ ਹੈ ਸਾਨੂੰ ਪਿਆਰ ਕਰਦੀ ਹੈ ਤੇ ਅੱਜ ਵੀ ਉਹ ਸਾਨੂੰ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਫੋਨ ਕਰਕੇ ਸਾਡਾ ਹਾਲ ਪੁੱਛਦੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੁਭਦੀਪ ਦੇ ਮੰਗੂ ਉਹਨਾਂ ਨੂੰ ਸਾਡਾ ਫਿਕਰ ਰਹਿੰਦਾ ਜਿਸ ਤਰ੍ਹਾਂ ਸ਼ੁਭਦੀਪ ਬਾਹਰ ਜਾ ਕੇ ਸਾਨੂੰ ਕੋਲ ਕਰਦਾ ਰਹਿੰਦਾ ਸੀ बार-बार ਸਾਡਾ ਹਾਲਚਾਲ ਪੁੱਛਦਾ ਰਹਿੰਦਾ ਸੀ ਉਸੇ ਤਰ੍ਹਾਂ ਸਿੱਧੂ ਦੀ ਮੰਗੇਤਰ ਅਤੇ ਉਸਦੇ ਪਰਿਵਾਰ ਵਾਲੇ ਵੀ ਸਾਡਾ ਹਾਲਚਾਲ ਪੁੱਛਦੇ ਕਿਉਂਕਿ ਉਹਨਾਂ ਨੂੰ ਸਾਡੀ ਫਿਕਰ ਹੁੰਦੀ ਹੈ ਬਹੁਤ ਹੀ ਭਾਵੁਕ ਮਨ ਦੇ ਨਾਲ ਮਾਤਾ ਚਰਨ ਕੋ ਰਹੇ ਕਹਿੰਦੇ ਹੋਏ ਨਜ਼ਰ ਆਏ ਨੇ ਸਿੱਧੂ ਮੂਸੇਵਾਲਾ ਜੋ ਇੱਕ ਬ੍ਰਾਂਡ ਸੀ ਅੱਜ ਵੀ ਲੋਕ ਉਸ ਨੂੰ ਬ੍ਰਾਂਡ ਹੀ ਮੰਨਦੇ ਨੇ ਸਿੱਧੂ ਮੂਸੇਵਾਲੇ ਦੇ ਫੈਨਸ ਉਹਨਾਂ ਦੇ ਹਵੇਲੀ ਜਾ ਕੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਮੁਲਾਕਾਤ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫੈਨਸ ਅਤੇ ਸਿੱਧੂ ਮੂਸੇਵਾਲੇ ਦੇ ਮਾਪੇ ਇੰਤਜ਼ਾਰ ਕਰਦੇ ਨੇ ਇਨਸਾਫ ਦਾ ਉਹਨਾਂ ਦੇ ਪਿਤਾ ਜੋ ਕਿ ਬਲਕੌਰ ਸਿੰਘ ਸਿੱਧੂ ਯੂਕੇ ਗਏ ਹੋਏ ਨੇ ਇਨਸਾਫ ਦੇ ਲਈ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਨਵੀਂ ਖਬਰ ਲੈ ਕੇ ਜਲਦੀ ਹੀ ਆਵਾਂਗੇ ਉਦੋਂ ਤੱਕ ਦੇ ਲਈ ਧੰਨਵਾਦ